ਅੱਜ ਆਪਾਂ ਇਦਾਂ ਕਰੀਏ ਦਰਦਾਂ ਬਾਰੇ ਗੱਲ ਕਰੀਏ ਦਰਦਾਂ ਕਈ ਕਿਸਮ ਦੀਆਂ ਭਾਵੇਂ ਸਰੀਰਕ ਦਰਦ ਦਾ ਭਾਵੇਂ ਸਿਰ ਦਰਦ ਦਾ ਭਾਵੇਂ ਗੁਰਦਾ ਦਰਦ ਦਾ ਭਾਵੇਂ ਜੋੜਾਂ ਦੀਆਂ ਦਰਦਾਂ ਹ ਆਰਥਰਾਇਟਸ ਜਿਹਨੂੰ ਕਹਿੰਦੇ ਆਰਥਰਾਇਟਸ ਭਾਵੇਂ ਰੂਮਟਾਇਡ ਆਰਥਰਾਇਟਸ ਹੈ ਮਾਈਗਰੇਨ ਪ੍ਰੋਬਲਮ ਹੈ ਹੈਡੈਕ ਹੈ ਸਵੀਅਰ ਹੈਡੈਕ ਪੁਰਾਣੀ ਹੈਡੈਕ ਜੇ ਪੈਂਡੀਸਾਈਟਸ ਦਰਦ ਹੋਵੇ ਤੇ ਇੰਡੀਗ ਸੀਰੀਅਸ ਹੁੰਦੀ ਹੈ ਵੀ ਐਮਰਜੈਂਸੀ ਜਾ ਕੇ ਪਰੇਸ਼ਾਨੀ ਕਰਾਣਾ ਪੈਂਦਾ ਪੱਥਰੀ ਕਰਕੇ ਵੀ ਦਰਦ ਹੁੰਦੀ ਹੈ ਰੀਨਲ ਕੋਲਿਕ ਗੁਰਦੇ ਦੀ ਪੱਥਰੀ ਗੁਰਦੇ ਦੀ ਪੱਥਰੀ ਵੀ ਦਰਦ ਜੇ ਕਿਤੇ ਹੋਵੇ ਤੇ ਕਈ ਵਾਰੀ ਅਰਾਟ ਕਢਾ ਦਿੰਦੀ ਜੇ ਪਰ ਦੇਸੀ ਫਾਰਮੂਲੇ ਜਿੱਦਾਂ ਹੁਣ ਅਸੀਂ ਤੁਹਾਨੂੰ ਭਾਵੇਂ ਉਹਦੇ ਅਨਾਰ ਦਾ ਜੂਸ ਵੀ ਲੈ ਸਕਦੇ ਆ ਨਾ ਨਾਸ ਵੀ ਲੈ ਸਕਦੇ ਆ ਮੀਨ ਦੇਸੀ ਫਾਰਮੂਲਿਆਂ ਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹਦੇ ਨਾਲ ਤੁਹਾਡਾ ਯੂਰਿਕ ਐਸਿਡ ਵੀ ਠੀਕ ਆਰਥਰਾਇਟਸ ਵੀ ਠੀਕ मोस्टਲੀ ਜਿਹੜਾ ਗਾਉਟੀ ਆਰਥਰਾਇਟਸ ਹੈ ਕੋਦੋਂ ਪਤਾ ਲੱਗਣਾ ਕਿ ਜਦੋਂ ਪੈਰ ਦੇ ਅੰਗੂਠੇ ਤੇ ਸੋਜਿਸ਼ ਹੋ ਗਈ ਔਰ ਫਿਰ ਦੇਖੋ ਤੁਹਾਡੀ ਕਿਸੇ ਕਿਸਮ ਦੀ ਦਰਦ ਹੋਵੇ ਸ਼ਰੀਰ ਦੀ ਅਸੀਂ ਤੁਹਾਡੀ ਦੇਸੀ ਦਵਾਈ ਨਾਲ ਠੀਕ ਕਰ ਲਈ ਮਿਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਕੁਮਾਰ ਆਯੁਰਵੈਦਿਕ ਜੜੀ ਬੂਟੀਆਂ ਦੇ ਹੈਲਥ ਸੈਂਟਰ ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੇਰਾ خیال ਆਪਾਂ ਹਰ ਟੌਪਿਕ ਤੇ ਗੱਲ ਕਰ ਲਈ ਦਰੂ ਬਾਰੇ ਕਰ ਲਈ ਲਹੜਬੇਸ਼ਰ ਬਾਰੇ ਕਰ ਲਈ ਸ਼ੂਗਰ ਬਾਰੇ ਕੋਲੇਸਟੋ ਬਾਰੇ ਮੋਟਾਪੇ ਬਾਰੇ ਵਾਲ ਚੜਨ ਬਾਰੇ ਪੱਥਰੀ ਬਾਰੇ ਬਵਾਸੀਰ ਬਾਰੇ ਤੇ ਅੱਜ ਆਪਾਂ ਇਦਾਂ ਕਰੀਏ ਦਰਦਾਂ ਬਾਰੇ ਗੱਲ ਕਰੀਏ ਦਰਦਾਂ ਕਈ ਕਿਸਮ ਦੀਆਂ ਪਾਵੇਂ ਸ਼ਰੀਰਕ ਦਰਦ ਦਾ ਪਾਵੇਂ ਸਿਰ ਦਰਦ ਦਾ ਪਾਵੇਂ ਪੈਂਡੀਸਾਈਟਸ ਦਰਦ ਦਾ ਪਾਵੇਂ ਗੁਰਦਾ ਦਰਦ ਦਾ ਪਾਵੇਂ ਦਿਮਾਗੀ ਦਰਦ ਦਾ ਪਾਵੇਂ ਦਿਲ ਦੀ ਦਰਦ ਆ ਦਿਲ ਦਾ ਦਰਦ ਦਾ ਇਲਾਜ ਮੈਨੂੰ ਲੱਗਦਾ ਨਹੀਂ ਮੇਰੇ ਕੋਲ ਹੈਗਾ ਪਾਵੇਂ ਹੋਰ ਦਰਦਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਇਲਾਜ ਕਰ ਦਿੰਨਾ ਕਿਉਂਕਿ ਦਿਲ ਦਾ ਮਾਮਲਾ ਜਿਹੜਾ ਤੁਸੀਂ ਆਪ ਹੀ ਸਮਝ ਗਏ ਹੋ ਉਹ ਦਿਲ ਦਾ ਮਾਮਲਾ ਫਿਰ ਇਹਨੂੰ ਤੁਹਾਨੂੰ ਪਤਾ ਮੁੰਡੇ ਕੁੜੀਆਂ ਦਾ ਮਾਮਲਾ ਹੁੰਦਾ ਤੁਹਾਡਾ ਦਿਲ ਜਿਹੜਾ ਕੌਮ ਹੋ ਜਿਹੜਾ ਕਰ ਰਿਹਾ ਹੁੰਦਾ ਉਸ ਕਰਕੇ ਉਹ ਦਿਲ ਦਾ ਇਲਾਜ ਦਾ ਤੁਹਾਡੇ ਦਿਲ ਦਾ ਰੋਗ ਦਾ ਇਲਾਜ ਆਪਾਂ ਨਹੀਂ ਕਰਨਾ ਆਪਾਂ ਅੱਜ ਫੜਦੇ ਹਾਂ ਟੌਪਿਕ ਦਰਦਾਂ ਦਾ ਵੀ ਦਰਦਾਂ ਦਿਲ ਦੀ ਦਰਦ ਜਿਹੜੀ ਦਿਮਾ ਇਸ਼ਾਰਾ ਕੀਤਾ ਉਹ ਨਹੀਂ ਦੂਸਰੀਆਂ ਦਰਦਾਂ ਦਾ ਜ਼ਰੂਰ ਕਰਾਂਗੇ ਜੇ ਹਾਰਟ ਪ੍ਰੋਬਲਮ ਹੈ ਤਾਂ ਪਰ ਆਪਾਂ ਹੁਣ ਟੌਪਿਕ ਜੂ ਫੜਨਾ ਹੁੰਦਾ ਕੋਈ ਫਿਰ ਕਹਾਣੀ ਜੂ ਕਰਨੀ ਹੁੰਦੀ ਤੁਹਾਡੇ ਨਾਲ ਤੇ ਲੈਟਸ ਕਮ ਟੂ ਦਾ ਪੁਆਇੰਟ ਅੱਜ ਗੱਲ ਕਰਦੇ ਦਰਦਾਂ ਬਾਰੇ ਦਰਦਾਂ ਭਾਵੇਂ ਜੋੜਾਂ ਦੀਆਂ ਦਰਦਾਂ ਹੁਣ ਆਰਥਰਾਇਟਿਸ ਜਿਹਨੂੰ ਕਹਿੰਦੇ ਆਰਥਰਾਇਟਿਸ ਭਾਵੇਂ ਰੂਮਟਾਇਡ ਆਰਥਰਾਇਟਿਸ ਹੈ ਗਾਉਟੀਆਰਥਰਾਇਟਸ ਹੈ ਇਸੇ ਤਰ੍ਹਾਂ ਜੇ ਦਰਦਾਂ ਸਮਝੋ ਕੋਈ ਸਿਰ ਦਰਦ ਆ ਕਿਸੇ ਨੂੰ ਮਾਈਗਰੇਨ ਪ੍ਰੋਬਲਮ ਹੈ ਹੈਡੇਕ ਹੈ ਸਵੀਅਰ ਹੈਡੇਕ ਹੈ ਪੁਰਾਣੀ ਹੈਡੇਕ ਦਰਦਾਂ ਤੇ ਵੀ ਮਨ ਜਿਆਦਾ ਆਈ ਜਾਏ ਕਿਤੇ ਗੱਲ ਕਰੇ ਕਈ ਲੇਡੀਜ਼ ਨੂੰ ਮੈਂਸੇਜ ਦੌਰਾਨ ਦਰਦਾਂ ਹੁੰਦੀਆਂ ਮੈਂਸਰਲ ਪ੍ਰੋਬਲਮਸ ਵੀ ਹੁੰਦੀਆਂ আচ্ছা ਫਿਰ ਅਪੈਂਡੀਸਾਈਟਸ ਜਿਹੜੀ ਸੱਜੇ ਬਨੇ ਦਰਦ ਹੁੰਦੀ ਹੈ ਧੁੰਨੀ ਤੋਂ ਸ਼ੁਰੂ ਹੋਏਗੀ ਥੋੜਾ ਜਿਹਾ نیچے ਨੂੰ ਜਿਹੜੀ ਜੋਇੰਟ ਤੋਂ ਦੋ ਛੱਡ ਕੇ ਉੱਥੇ ਪਹੁੰਚੇਗੀ ਸਮਝੋ ਵੀ ਜਦੋਂ ਤੁਸੀਂ ਉਹਨੂੰ ਟੈਪ ਕਰਦੇ ਹੋ ਤੇ ਦਰਦ ਜਦੋਂ ਦੋ ਉਂਗਲਾਂ ਛੱਡਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਪੈਂਡੇਸਾਈਟਸ ਹੈ ਕਈ ਵਾਰੀ ਜੇ ਪੈਂਡੇਸਾਈਟਸ ਦਰਦ ਹੋਵੇ ਤੇ ਐਂਡਿੰਗ ਸੀਰੀਅਸ ਹੁੰਦੀ ਹੈ ਵੀ ਐਮਰਜੈਂਸੀ ਜਾ ਕੇ ਆਪਰੇਸ਼ਨ ਹੀ ਕਰਾਉਣਾ ਪੈਂਦਾ ਡਰ ਹੁੰਦਾ ਕਿ ਪੈਂਡੇਸਾਈਟਸ ਬਰਸ ਨਾ ਹੋ ਜਾਵੇ ਉਹ ਜੇ ਪੈਂਡੇਸਾਈਟਸ ਕਿਉਂਕਿ ਟਾਪਿਕ ਦਰਦ ਦਾ ਫੜ ਲਿਆ ਤੇ ਤੁਸੀਂ ਨੋਟ ਕਰਿਓ ਵੀ ਮੇਰੇ ਦਿਮਾਗ 'ਚ ਹਰ ਤਰ੍ਹਾਂ ਦੀ ਗੱਲ ਆ ਜਾਣੀ ਦਰਦਾਂ ਬਾਰੇ ਇਸੇ ਤਰ੍ਹਾਂ ਹੀ ਪੱਥਰੀ ਕਰਕੇ ਵੀ ਦਰਦ ਹੁੰਦੀ ਹੈ ਰੀਨਲ ਕੋਲਿਕ ਗੁਰਦੇ ਦੀ ਪੱਥਰੀ ਗੁਰਦੇ ਦੀ ਪੱਥਰੀ ਵੀ ਦਰਦ ਜੇ ਕਿਤੇ ਹੋਵੇ ਤੇ ਕਈ ਵਾਰੀ ਅਰਾਟ ਕਢਾ ਦਿੰਦੀ ਜੇ ਉਹ ਜੇ ਤਾ ਦੇਖੋ ਯੂਰੀਨਰੀ ਬਲੇਡਰ ਚ ਪੱਥਰੀ ਪਈ ਹੈ ਤੇ ਦਰਦ ਨਹੀਂ ਹੋਣੀ ਜੇ ਯੂਰੀਟਰ ਚ ਆ ਗਈ ਜਿੱਥੋਂ ਗੁਰਦੇ ਤੋਂ ਮਸਾਨੇ ਤੱਕ ਪਿਸ਼ਾਬ ਦੀ ਨਾਲੀ ਚ ਜਿਹਨੂੰ ਯੂਰੀਟਰ ਕਹਿੰਦੇ ਹੈ ਜੇ ਉੱਥੇ ਅੜ ਜਾਏ ਤੇ ਫਿਰ ਉਹ ਦਰਦ ਹੋਈ ਉਹਦਾ ਵੀ ਪਤਾ ਲੱਗਦਾ ਕਿ ਵੱਖੀ ਚੋਏਗੀ ਪਿੱਠ ਨੂੰ ਜਾਏਗੀ ਫਿਰ ਨਾਲਾ ਵੱਲੋਂ ਜਾਣ ਲੱਗੇ ਪਿਸ਼ਾਬ ਰੋਕਿਆ ਹੋਣ ਲੱਗੇਗਾ ਇਹ ਇਹ ਤਾਂ ਗੁਰਦਾਦਰ ਜੇ ਸਮਝੋ ਲਿਵਰ ਦੇ ਨਾਲ ਖੱਬੇ ਬੰਨੇ ਜਿਹਨੂੰ ਐਪੀਗੇਸਟ੍ਰੀਅਮ ਚ ਹੋਰੀ ਤੇ ਸਮਝੋ ਵੀ ਗਾਲ ਬਲੈਡਰ ਦੀ ਪੱਥਰੀ ਆ ਪਿੱਤੇ ਦੀ ਪੱਥਰੀ ਦਰਦਾਂ ਇੱਕ ਟੌਪਿਕ ਹੀ ਐਸਾ ਕਿ ਦਰਦ ਭਾਵੇਂ ਪਿੱਤੇ ਦੀ ਪੱਥਰੀ ਆ ਗੁਰਦੇ ਦੀ ਪੱਥਰੀ ਆ ਪੈਂਡੀਸਾਈਟਸ ਦੀ ਦਰਦ ਆ ਨਹੀਂ ਤਾਂ ਫਿਰ ਆਮ ਦਰਦੇ ਪੇਟ ਦਰਦ ਆ ਗੈਸ ਕਰਕੇ ਇਹ ਟੌਪਿਕ ਜਿਹੜਾ ਗੈਸ ਵਾਲਾ ਵੀ ਬੜਾ ਲੰਬਾ ਤੇ ਸੀਰੀਅਸ ਟੌਪਿਕ ਆ ਪਰ ਆਪਾਂ ਤਾਂ ਕਾਮਨ ਗੱਲ ਕਰਨੀ ਅੱਜ ਗੱਲਾਂ ਸਾਰੀਆਂ ਦਰਦਾਂ ਦੀਆਂ ਕਰਨੀਆਂ ਆ ਅੱਛਾ ਗੈਸ ਕਰਕੇ ਜਿਹੜੀ ਦਰਦ ਹੁੰਦੀ ਜਿਹੜਾ ਮੈਂ ਸ਼ੁਰੂ ਚ ਕਿਹਾ ਸੀ ਨਾ ਵੀ ਦਿਲ ਦਾ ਮਾਮਲਾ ਤੇ ਇੱਥੇ ਗੱਲ ਆ ਜੇ ਮੈਂ ਨਾਲ ਹੀ ਕਹਿੰਦਾ ਸੀ ਉਹਦਾ ਮੇਰੇ ਕੋਲ ਇਲਾਜ ਨਹੀਂ ਗੱਲ ਪੁੱਛੋ ਤੇ ਉਹਦਾ ਇਲਾਜ ਜੇ ਸਹੀ ਕਿਉਂਕਿ ਗੈਸ ਕਰਕੇ ਜੇ ਹਾਰਟ ਦੇ ਕੋਲ ਪੇਨ ਹੋ ਰਹੀ ਆ ਆਮ ਦੁਨੀਆ ਨੂੰ ਖੱਬੇ ਬੰਨੇ ਦਰਦ ਹੁੰਦੀ ਤੇ ਇਹ ਸਮਝਿਆ ਜਾਂਦਾ ਕਿ ਇਹ ਦਿਲ ਦੀ ਦਰਦ ਹੈ ਹਾਰਟ ਦਾ ਮਾਮਲਾ ਤੇ ਤੁਹਾਨੂੰ ਫਿਰ ਉਹ ਤੁਹਾਡੀ ਏਕਜੀ ਕਰਦੇ ਆ ਸਟ੍ਰੈਸ ਟੈਸਟ ਕਰਦੇ ਆ ਔਰ ਕਈ ਵਾਰੀ ਹਾਰਟ ਦੇ ਅਟੈਕ ਤੋਂ ਡਰਦੇ ਹਾਰਦ ਦੀਆਂ ਦਵਾਈਆਂ ਲਾ ਦਿੰਦੇ ਜਦ ਕਿ ਐਨੇ ਲੰਬੀ ਟਾਪਿਕ ਮੈਂ ਦ੍ਰਿਸ਼ਕਸ਼ ਕਰ ਚੁੱਕਾ ਕਿ ਸਮ ਟਾਈਮਸ ਇਟ ਇਜ਼ ਓਨਲੀ ਗੈਸਟ੍ਰਾਈਟਸ ਕਈ ਵਾਰੀ ਉਹ ਵਾਯੂ ਪ੍ਰਕਿਰਤੀ ਸਰੀਰ ਚ ਗੈਸ ਬਣਦੇ ਤਜਾਬ ਬਣ ਰਿਹਾ ਉਹਦੇ ਕਰਕੇ ਵੀ ਖੱਬੇ ਬਨੇ ਹਾਰਟ ਦੇ ਕੋਲ ਦਰਦ ਹੋਣ ਲੱਗ ਜਾਂਦੀ ਹੈ ਸੋ ਪਿਆਰੇ ਦਰਸ਼ਕੋ ਇਸ ਕਰਕੇ ਮੈਂ ਕਹਿੰਦਾ ਚਲੋ ਅੱਜ ਕਾਮਨ ਜੈ ਟਾਪਿਕ ਫੜੀਏ ਵੀ ਦਰਦਾਂ ਬਾਰੇ ਜਿਹਦੇ ਸਾਰੇ ਸ਼ਰੀਰ ਦੀਆਂ ਦਰਦਾਂ ਤੇ ਗੱਲ ਤੇ ਆਪਾਂ ਕਰ ਲਈਏ ਸਿਰ ਤੋਂ ਲੈ ਕੇ ਜੇ ਪੇਟ ਤੱਕ ਹੀ ਗੱਲ ਕੀਤੀ ਹੈ ਨਹੀਂ ਹੈਡੇਕ ਕਰ ਲਈ ਆਪਾਂ ਹਾਂ ਦਰਦ ਅੱਖਾਂ 'ਚ ਵੀ ਹੋਣ ਲੱਗ ਜਾਂਦੀ ਹੈ ਨੱਕ 'ਚ ਵੀ ਹੋਣ ਲੱਗ ਜਾਂਦੀ ਹੈ ਕਿਉਂ ਕਿ ਕਈ ਵਾਰੀ ਨੀਜ਼ਲ ਪ੍ਰੋਬਲਮ ਸਾਈਨਸ ਬਲੌਕ ਫਲੂ ਇਨਫਲੂਐਂజా ਕਟਾਰ ਉਹਦੇ ਨਾਲ ਕੀ ਹੋਏਗਾ ਨਜ਼ਲਾ ਰੇਸ਼ਾ ਜਦੋਂ ਨੱਕ 'ਚ ਜੰਮਿਆ ਹੋਏਗਾ ਤੇ ਫਿਰ ਫਰੰਟਲ ਸਾਈਨੋਸਾਈਟਸ ਪ੍ਰਾਈਟਲ ਸਾਈਨੋਸਾਈਟਸ অক্সਿਪੀਟਲ ਸਾਈਨੋਸਾਈਟਸ ਉਹਦਾ ਮਤਲਬ ਹੈ ਜਿੱਥੇ ਜਿੱਥੇ ਰੇਸ਼ਾ ਜੰਮਿਆ ਮੱਥੇ 'ਚ ਜੰਮਿਆ ਤੇ ਮੱਥੇ 'ਚ ਦਰਦ ਪ੍ਰਾਈਟਲ ਇੱਥੇ ਵੀ ਇੱਥੇ ਵੀ ਮੈਗਜ਼ਿਲਰੀ ਵੀ ਇਹਦਾ ਮਤਲਬ ਇਹ ਹੈ ਕਿ ਇਸ ਜਗ੍ਹਾ ਜਗ੍ਹਾ ਰੇਸ਼ਾ ਜੰਮਿਆ ਹੁੰਦਾ ਉਹ ਵੀ ਉਸੇ ਦੇ ਵੀ ਉਸ ਜਗ੍ਹਾ ਤੇ ਦਰਦ ਹੋ ਸਕਦੀ ਹੈ ਫਿਰ ਨੈਕ ਦੇ ਵਿੱਚ ਹੀ ਹੋ ਸਕਦੀ ਹੈ ਨੈਕ ਸਟਿਫਨੈਸ ਹੋ ਜਾਏ ਫਰੋਜ਼ਨ ਸ਼ੋਲਡਰ ਹੋਵੇ ਮੋਢੇ 'ਚ ਦਰਦ ਹੋਏਗੀ ਕਈ ਵਾਰੀ ਤੁਹਾਡੇ ਦੇਖੋ ਰਿਸਟ ਪ੍ਰੋਬਲਮ ਰਿਸਟ ਜੋਇੰਟ ਚ ਆ ਜਾਂਦੀ ਸਾਰੀ ਦੁਨੀਆ ਜਿਮ ਜਾਂਦੀ ਹੈ ਵੇਟ ਜਿਮ ਜਾਂਦੇ ਆ ਵੇਟ ਵੱਧ ਘੱਟ ਕਰਨ ਦੇ ਨਾਲ ਕਈ ਵਾਰੀ ਐਕਸਰਸਾਈਜ਼ ਵੀ ਗਲਤ ਕਰਨ ਦੇ ਨਾਲ ਵੀ ਮਸਲ ਪ੍ਰੋਬਲਮ ਆ ਜਾਂਦੀ ਜਿੰਨੂੰ ਅਸੀਂ ਕਿੰਨੇ ਮਾਇਲਜੀਆ ਦਰਦਾਂ ਚ ਆ ਗਿਆ ਮਾਇਰਲਜੀਆ ਨਿਊਰਲਜੀਆ ਮੇਰਾ ਮਤਲਬ ਹੈ ਵੀ ਨਰਵ ਪੇਨ ਵੀ ਹੋ ਸਕਦੀ ਮਸਲ ਪੇਨ ਵੀ ਹੋ ਸਕਦੀ ਹੈ ਬਹੁਤ ਹੀ ਵਾਰੀ ਕਈ ਵਾਰੀ ਮਸਲ ਪੇਨ ਹੀ ਹੁੰਦੀ ਪਰ ਇੱਥੇ ਕਈ ਵਾਰੀ ਤੁਸੀਂ ਫਿਜ਼ੀਓਥੈਰੇਪੀ ਐਮ ਆਰ ਆਈ ਜੋ ਜਾਂਦੇ ਟੈਸਟ ਕਰਾ ਕੇ ਕਈ ਕਈ ਤੁਹਾਡੇ ਸਾਲਾਂ ਤੱਕ ਸਾਲ ਨਿਕਲ ਜਾਂਦੇ ਗੱਲ ਕਈ ਵਰੀ ਛੁੱਟੀ ਜੀ ਹੁੰਦੀ ਹੈ ਔਰ ਫਿਰ ਦੇਖੋ ਤੁਹਾਡੀ ਕਿਸੇ ਕਿਸਮ ਦੀ ਦਰਦ ਹੋਵੇ ਸਰੀਰ ਦੀ ਅਸੀਂ ਤੁਹਾਡੀ ਦੇਸੀ ਦਵਾਈ ਨਾਲ ਠੀਕ ਕਰਨੀ ਸੋ ਆਪਾਂ ਅੱਜ ਗੱਲ ਕਰ ਲੈਨੇ ਦਰਦਾਂ ਬਾਰੇ ਆਰਥਰਾਈਟਸ ਵਾਲੇ ਗੱਲ ਕਰ ਲੈਨੇ ਆ ਆਰਥਰਾਈਟਸ ਕੀ ਹੈ ਜੋੜਾਂ ਦੀ ਦਰਦ ਜਿੰਨੂੰ ਆਪਾਂ ਗੰਠੀ ਆ ਪੰਜਾਬੀ ਚ ਕਹਿੰਦੇ ਨੇ ਅੱਛਾ ਇਹ ਆਰਥਰਾਈਟਸ ਕਿਹੜੀ ਤਰ੍ਹਾਂ ਦਾ ਕਈ ਵਾਰੀ ਕੀ ਹੁੰਦਾ ਜੋੜਾਂ ਦਾ ਕਾਰਟਿਲੇਜ ਖਤਮ ਹੋ ਰਿਹਾ ਹੁੰਦਾ ਔਰ ਕਈ ਵਾਰ ਇਸ ਸਾਈਨੋਵियल ਫਲੂਇਡ ਖਤਮ ਹੋ ਜਾਂਦਾ ਜਦੋਂ ਹੱਡੀਆਂ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਜਿੱਥੇ ਸਪੋਰਟ ਹੁੰਦੀ ਹੈ ਕਾਰਟਿਲੇਜ ਘਸਣ ਲੱਗ ਜਾਏ ਤੇ ਹੱਡੀਆਂ ਇੱਕ ਦੂਜੇ ਤੇ ਰਗੜ ਖਾਣ ਲੱਗ ਜਾਂਦੀ ਹੈ ਸੰਘਰਸ਼ਣ ਹੋ ਜਾਂਦੀ ਹੈ ਤਾਂ ਆਵਾਜ਼ ਆਣ ਲੱਗ ਜਾਂਦੀ ਹੈ ਉੱਥੇ ਜੇ ਸੋਜਿਸ਼ ਹੋ ਜਾਏ ਇਸੇ ਕਰਕੇ ਨੂੰ ਕਹਿੰਦੇ ਆਰਥਰਾਇਟਸ ਔਰ ਫਿਰ ਰਿਊਮਟਾਇਡ ਆਰਥਰਾਇਟਸ ਤੇ ਆਮ ਆਰਥਰਾਇਟਸ ਦਾ ਆਸਟਿਓ ਆਰਥਰਾਇਟਸ ਤੇ ਰਿਊਮਟਾਇਡ ਆਰਥਰਾਇਟਸ ਦਾ ਫਰਕ ਇਹਨਾਂ ਕਿ ਆਸਟਿਓ ਆਰਥਰਾਇਟਸ ਦੇ ਵਿੱਚ ਕਾਰਟਿਲੇਜ ਕਿਸਨ ਲੱਗ ਗਿਆ ਜਿੱਦਾਂ ਕਾਰ ਦੇ ਵਿੱਚ ਆਪਾਂ ਵੀ ਸਪੋਰਟ ਹੁੰਦੀ ਕੁਸ਼ਨ ਹੁੰਦੇ ਆ ਇਸੇ ਤਰ੍ਹਾਂ ਸਰੀਰ ਦੇ ਜੋਇੰਟਸ ਦੇ ਵਿੱਚ ਵੀ ਇੱਕ ਕੁਸ਼ਨ ਹੁੰਦਾ ਮਤਲਬ ਜਿਹਦੀ ਸਪੋਰਟ ਹੁੰਦੀ ਆ ਉਹ ਜਿਹਨੂੰ ਕਾਰਟਿਲੇਜ ਇੱਕ ਨਾਜ਼ੁਕ ਜਿਹਾ ਇੱਕ ਆਰਗਨ ਹੁੰਦਾ ਉਹ ਕਾਰਟਿਲੇਜ ਜਦੋਂ ਖਿਸ ਜਾਏ ਸਪੋਰਟ ਕੱਟ ਜਾਏ ਹੱਡੀਆਂ ਆਵਾਜ਼ ਕਰਨ ਲੱਗ ਜਾਂਦੀਆਂ ਇਹ ਤੇ ਹੋ ਗਈ ਆਸਟਿਓਆਰਥਰਾਇਟਸ ਹਾਂ ਹੱਡੀਆਂ ਖੁਰਨ ਲੱਗ ਜਨ ਤਾਂ ਵੀ ਆਸਟਿਓਆਰਥਰਾਇਟਸ ਕਾਰਟਿਲੇਜ ਸੰਕਰਸ਼ਣ ਘਟ ਗਿਆ ਤਾਂ ਸਿਨੋਵੀਅਲ ਫੂਡ ਘਟ ਗਿਆ ਤਾਂ ਜੇ ਜੋੜ ਚ ਸੋਜ ਹੋ ਗਈ ਤਾਂ ਔਰ ਜੇ ਇਹ ਸੋਜਿਸ਼ ਸਾਰੇ ਜੋੜਾਂ ਚ ਪਹਿਲਾਂ ਤੇ ਉਂਗਲਾਂ ਚ ਅੰਗੂਠਿਆਂ ਚ ਹੋਏਗੀ ਫਿਰ ਲੱਤਾਂ ਚ ਜਾਣ ਲੱਗ ਜੇਗੀ ਸਾਰੀਆਂ ਲਿਮਸ ਜਾਣ ਲੱਗ ਜੇਗੀ ਉਹ ਜਿਹੜੇ ਬਾਕੀ ਸਾਰੇ ਜੋੜਾਂ ਚ ਫੈਲੇ ਤੇ ਫਿਰ ਅਸੀਂ ਇਹਨੂੰ ਕਹਿੰਨੇ ਰਿਊਮੇਟਾਇਡ ਆਰਥਰਾਈਟਿਸ ਰਿਊਮੇਟਾਇਡ ਆਰਥਰਾਈਟਿਸ ਦਾ ਮਤਲਬ ਹੈ ਕਿ ਕੋਣੀ ਦਰਦ ਗੁੱਟ ਦਰਦ ਉਂਗਲਾਂ ਦੇ ਜੋੜਾਂ ਦੇ ਦਰਦ ਪੈਰਾਂ ਚ ਦਰਦ ਗੋਡਾ ਦਰਦ ਜਿਆਦਾ ਕਾਮਨ ਗੋਡਾ ਦਰਦ ਹੈ ਔਰ ਉਮਰ ਨਾਲ ਵੀ ਫਰਕ ਪੈਂਦਾ ਵੇਟ ਨਾਲ ਵੀ ਫਰਕ ਪੈਂਦਾ ਫੈਮਿਲੀ ਇਨਹੈਰੀਟੈਂਸ ਉਹ ਵੀ ਤਾਂ ਵੀ ਤੇ ਵੈਸੇ ਤਾਂ ਨਸ਼ਾ ਕੋਈ ਵੀ ਹੈ ਉਹ ਵੀ ਹੱਡੀਆਂ ਖੋਹਦਾ ਸੋ ਪਿਆਰੇ ਦਰਸ਼ਕੋ ਖੁਰਾਕ ਤੁਹਾਡੀ ਠੀਕ ਹੈ ਸਭ ਤੋਂ ਵਧੀਆ ਤਰੀਕਾ ਤੇ ਵਿਟਾਮਿਨ ਡੀ ਜਿਹੜਾ ਧੁੱਪ ਚ ਮਿਲਦਾ ਨਹੀਂ ਤੇ ਦੇਖੋ ਜਿਹੜਾ ਮਰਜੀ ਬਲੱਡ ਟੈਸਟ ਕਰਾਂਦਾ ਉਹਦਾ ਵੀ ਵਿਟਾਮਿਨ ਡੀ ਘੱਟ ਹੁੰਦਾ ਕਾਰਨ ਇਹ ਕਿ ਇੱਥੇ ਕੋਈ ਧੁੱਪ ਸੇਕਣ ਦਾ ਕਿਸੇ ਕੋਲ ਟਾਈਮ ਨਹੀਂ ਆਪਾਂ ਬਗਾਨੇ ਮੁਲਕਾਂ ਚ ਆਏ ਆ ਅੰਦਰ ਹੀ ਰਹਿਣਾ ਹੀਟ ਦੇ ਵਿੱਚ ਹੀ ਰਹਿਣਾ ਗਰਮੀਆਂ ਚ ਲੋਕੀ ਕਿਉਂ ਗੋਰੇ ਲੋਕ ਦੇਖੋ ਤੁਸੀਂ ਬੀਚ ਤੇ ਜਾ ਕੇ ਤੇ ਸਾਰਾ ਸਰੀਰ ਬਿਲਕੁਲ ਆਪਣਾ ਕਾਲਾ ਕਰ ਰਹੇ ਹੁੰਦੇ ਕਿਉਂਕਿ ਉਹ ਐਕਚੁਅਲੀ ਆਪਣੇ ਸਰੀਰ ਨੂੰ ਨਰੋਇਆ ਕਰ ਰਹੇ ਹੁੰਦੇ ਵਿਟਾਮਿਨ ਡੀ ਧੁੱਪ ਚੋਂ ਲੈ ਰਹੇ ਹੁੰਦੇ ਕਿਉਂ অ্যালোਵੈਰਾ ਲਗਾ ਕੇ ਜੈਲ ਟੈਨਿੰਗ ਕਰਦੇ ਆ ਟੈਨਿੰਗ ਕਰਕੇ ਆਪਣੇ ਛਿਡੀ ਨੂੰ ਬਚਾਣੇ ਅਸੀਂ ਇਹਨਾਂ ਮੁਲਕਾਂ ਚ ਆਪਣੇ ਨੂੰ ਕਾਲੇ ਤੋਂ ਗੋਰੇ ਹੋਣ ਆਨੇ ਆ ਇਹ ਗੋਰੇ ਆਪਣੇ ਨੂੰ ਕਾਲੇ ਕਰਦੇ ਆ ਕਾਰਨ ਸਿਰਫ ਇਹ ਹੁੰਦਾ ਕਿ ਉਹ ਆਪਣੇ ਨੂੰ ਹੈਲਥੀ ਬਣਾ ਰਹੇ ਆਪਣੇ ਹੱਡੀਆਂ ਨੂੰ ਸਟਰੋਂਗ ਕਰ ਰਹੇ ਆ ਨੈਚੁਰਲ ਵਿਟਾਮਿਨ ਡੀ ਜਿਹੜਾ ਸਨਲਾਈਟ ਚੋਂ ਮਿਲਦਾ ਜਿਹਦਾ ਸੂਰਜ ਦੇਵੀ ਉਹਦਾ ਸਭ ਤੋਂ ਵੱਡਾ ਸਰੋਤ ਹੈ ਪ੍ਰਮਾਨ ਉਹਦਾ ਵਿਟਾਮਿਨ ਡੀ ਫਿਰ ਇਹਨਾਂ ਦਸ਼ਕੋ ਰਿਊਮਟਾਇਡ ਆਰਥਰਾਇਟਸ ਹੋਵੇ ਆਸਟਿਓ ਆਰਥਰਾਇਟਸ ਹੋਵੇ ਜਾਂ ਗਾਊਟ ਆਰਥਰਾਇਟਸ ਹੋਵੇ ਗਾਊਟ ਆਰਥਰਾਇਟਸ ਵੀ ਇੱਕ ਤਰ੍ਹਾਂ ਦਾ ਗੰਠੀਆਂ ਹੁੰਦਾ ਉਹਦੇ ਵਿੱਚ ਫਰਕ ਇਹ ਨਾ ਹੁੰਦਾ ਕਿ ਕਈ ਵਾਰੀ ਇਨਸਾਨ ਦਾ ਯੂਰਿਕ ਐਸਿਡ ਵੱਜ ਜਾਂਦਾ ਉਹ ਜ਼ਿਆਦਾ ਤੁਹਾਡੇ ਪੈਰ ਦੇ ਅੰਗੂਠੇ ਤੋਂ ਪਤਾ ਲੱਗਦਾ ਮੋਸਟਲੀ ਜਿਹੜਾ ਗਾਊਟ ਆਰਥਰਾਇਟਸ ਹੈ ਉਦੋਂ ਪਤਾ ਲੱਗਣਾ ਕਿ ਜਦੋਂ ਪੈਰ ਦੇ ਅੰਗੂਠੇ ਤੇ ਸੋਜਿਸ਼ ਹੋ ਗਈ ਲਾਲੇ ਆਨ ਲੱਗ ਰਹੀ ਗਰਮ ਜਿਹਾ ਰਹਿਣ ਲੱਗਿਆ ਦਰਦ ਰਹਿਣ ਲੱਗ ਗਈ ਉਹਦੇ ਲਈ ਫਿਰ ਅਸੀਂ ਹਮੇਸ਼ਾ ਕਹਿੰਨੇ ਮੀਟ ਪ੍ਰੋਡਕਟਸ ਨਾ ਖਾਓ ਜਿਆਦਾ ਮੀਟ ਪ੍ਰੋਡਕਟਸ ਚ ਯੂਰਿਕ ਐਸਿਡ ਵਧਦਾ ਡਾਈਟ اور ਇੰਨੇ ਲੰਬੇ ਅਰਸੇ ਤੋਂ ਕਰੋਨਾ ਕਈ ਵਾਰੀ ਇੱਕ ਦੇਸੀ ਨੁਸਖੇ ਮੈਂ ਦੱਸ ਚੁੱਕਾ ਜੇ ਤੁਹਾਡਾ ਯੂਰਿਕ ਐਸਿਡ ਵਧਿਆ ਤੇ ਹਜ਼ਾਰਾਂ ਵਾਰੀ ਤੁਸੀਂ ਮੇਰੇ ਤੋਂ ਸੁਣਿਆ ਕਿ ਰਸਬੈਰੀ ਕ੍ਰੇਨਬੈਰੀ ਸਟਰਾਬੈਰੀ 50 ਰੋਜ਼ ਖਾਓ ਔਰ ਭਾਵੇਂ ਤਿੰਨੇ ਮਿਲਾ ਕੇ ਖਾ ਲੋ ਨੇ ਤੇ ਇੱਕ ਤਰ੍ਹਾਂ ਦੀ ਖਾ ਲੋ ਭਾਵੇਂ ਉਹ ਤੁਸੀਂ ਫਿਰ 15 ਦਿਨ ਲਗਾਤਾਰ ਖਾਓ ਤੁਹਾਡਾ ਯੂਰਿਕ ਐਸਿਡ ਨਾਰਮਲ ਆ ਜਾਣਾ ਪਰ ਦੇਸੀ ਫਾਰਮੂਲੇ ਜਿੱਦਾਂ ਹੁਣ ਅਸੀਂ ਤੁਹਾਨੂੰ ਭਾਵੇਂ ਉਹਦੇ ਚ ਅਨਾਰ ਦਾ ਜੂਸ ਵੀ ਲੈ ਸਕਦੇ ਆ ਨਾ ਨਾ ਵੀ ਲੈ ਸਕਦੇ ਆ I mean ਦੇਸੀ ਫਾਰਮੂਲਿਆਂ ਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹਦੇ ਨਾਲ ਤੁਹਾਡਾ ਯੂਰਿਕ ਐਸਿਡ ਵੀ ਠੀਕ ਆਰਥਰਾਇਟਸ ਵੀ ਠੀਕ ਦੱਸਣ ਦਾ ਸਿਰਫ ਮਕਸਦ ਇੰਨਾ ਕਿ ਦਰਦਾਂ ਦਾ ਡਿਸਕਸ ਕੀਤਾ ਸੀਗਾ ਕਿ ਕਿਸੇ ਕਿਸਮ ਦੀ ਵੀ ਦਰਦ ਹੋਵੇ ਔਰ ਕੋਈ ਕੋਈ ਐਸਪ੍ਰੀਨ ਟਾਇਲਨੋਲ ਆਈਬੋ ਬਰੂਫਨ ਨੈਪਰੋਕਸਨ ਡਿਕਲੋਮੈਨ ਸੋਡੀਅਮ ਐਂਡੋਮੈਟਾਸੋਨ ਫਿਨਾਈਲ ਬੁਟਾਜ਼ੋਨ ਪ੍ਰੈਡਨੀਸਲੋਨ ਦੁਨੀਆਂ ਭਰ ਦੀਆਂ ਅੰਗਰੇਜ਼ੀ ਦਵਾਈਆਂ ਸਾਰੀਆਂ ਕੰਪਨੀਆਂ ਵੇਚ ਰਹੀਆਂ ਨੇ ਇੱਕੋ ਹੀ ਗੱਲ ਦੱਸੋ ਕਿ ਕਦੀ ਦਰਦਾਂ ਗਈਆਂ ਕਦੀ ਪਰਮਨੈਂਟ ਠੀਕ ਹੋਈ ਕਦੀ ਤੁਹਾਡਾ ਆਰਥਰਾਇਟਿਸ ਠੀਕ ਹੋਇਆ ਕਿ ਅੱਗੇ ਨਾਲੋਂ ਵਾਅਸ ਹੋਇਆ ਬਲਕੇ ਆਰਥਰਾਈਟਿਸ ਵੀ ਵਰਸ ਹੋ ਗਿਆ ਔਰ ਮੇਰੇ ਕਰੋਨਾ ਪ੍ਰੋਗਰਾਮ ਆ ਚੁੱਕੇ ਔਰ ਹਰ ਪ੍ਰੋਗਰਾਮ ਚ ਮੈਨੇ ਕੋ ਤੁਸੀਂ ਦਰਦਾਂ ਦੇ ਬਾਰੇ ਸੁਣਿਆ ਹੋਣਾ ਐਨ ਐਸ ਏ ਆਈ ਡੀ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਇਫ ਯੂ ਗੋ ਔਨ ਟੇਕਿੰਗ ਫਾਰ ਅ ਲੰਗਰ ਪੀਰੀਅਡ ਇਟ ਕੈਨ ਰੇਜ਼ ਯੋਰ ਬਲੱਡ ਪ੍ਰੈਸ਼ਰ ਪੰਜਾਬੀ ਵਿੱਚ ਵੀ ਨਾਲ ਮੈਂ ਹਮੇਸ਼ਾ ਦੱਸ ਰਿਹਾ ਹਾਂ ਕਿ ਜਿੰਨੀਆਂ ਦਰਦਾਂ ਦੀਆਂ ਦਵਾਈਆਂ ਪਾਵੇਂ ਤੁਸੀਂ ਬਰੂਫੇਨ ਹੀ ਖਾ ਰਹੇ ਹੋ ਕਿੰਨੇ ਲੰਬੇ ਅਸਤ ਦੇ ਲਗਾਤਾਰ ਖਾਂਦੇ ਖਾਂਦੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਬਲੱਡ ਪ੍ਰੈਸ਼ਰ ਦੀ ਦਵਾਈ ਨਾਲ ਖਾ ਰਹੇ ਹੋ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦੇ ਖਾਂਦੇ ਕਿੰਨੀ ਉਮਰ ਨਾਂਗੇ ਪਾਵੇਂ ਲੈਸਿਨੋਪ੍ਰਿਲ ਖਾ ਰਹੇ ਹੋ ਐਂਮਲੋਡੀਪਿਨ ਖਾ ਰਹੇ ਹੋ ਵੈਟੀਨੋਲ ਖਾ ਰਹੇ ਹੋ ਦੋਸਾਟਿਨ ਖਾ ਰਹੇ ਹੋ ਔਰ ਹਾਰਟ ਲਈ ਕਿਡਨੀ ਨਾਲ ਦਵਾਈਆਂ ਖਾ ਰਹੇ ਇਹ ਦਵਾਈਆਂ ਜਿੰਨੀਆਂ ਵੀ ਐ ਨਲਕਿ ਇੰਨੀ ਵੀ ਖਰਾਬ ਕਰਦੀਆਂ ਦਰਦਾਂ ਦੀ ਕੋਈ ਵੀ ਦਵਾਈ ਹੈ ਸੱਚ ਪੁੱਛੋ ਤੇ ਪੈਰਾਸੈਟਾਮੋਲ ਤੱਕ ਵੀ ਐਸੀਟਾਮਾਈਨੋਫੈਨ ਵੀ ਟਾਇਰੀਨੋਲ ਵੀ ਕੈਂਸਰ ਤੱਕ ਕਰ ਦਿੰਦੀ ਜੇ ਇਹ ਰਿਸਰਚ ਦੇਖ ਲਓ ਪੜਿਆ ਕਰੋ ਜਿਹੜੀ ਦੁਨੀਆ ਪੜ ਲੈਂਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਐਕਚੁਅਲੀ ਇਹ ਦਵਾਈਆਂ ਵੈਨ ਵੀ ਹੋ ਚੁੱਕੀਆਂ ਪਰ ਬੰਦ ਨਹੀਂ ਕੋਈ ਕਰ ਸਕਦਾ ਕਿਉਂ ਫੈਡਰਲ ਕੰਪਨੀਆਂ ਦੀਆਂ ਦਵਾਈਆਂ ਵਿਕਦੀਆਂ ਉਹਨਾਂ ਦਾ ਬੜਾ ਤਕੜਾ ਬਿਜ਼ਨਸ ਹੈ ਬਿਲੀਅਨ ਬਿਲੀਅਨ ਟ੍ਰਿਲੀਅਨ ਡਾਲਰ ਦੀ ਸੇਲ ਅਗਲਿਆਂ ਦੀ ਆਲ ਓਵਰ ਦੀ ਵਰਡ ਤੁਸੀਂ ਜਿੱਥੇ ਵੀ ਮਰਜੀ ਜਾਓਗੇ ਭਾਵੇਂ ਤੁਸੀਂ ਇੰਡੀਆ 'ਚ ਬੈਠੇ ਹੋ ਭਾਵੇਂ ਪਲੇਨ 'ਚ ਬੈਠੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਉਹਨੂੰ ਨਾਮ ਹੀ ਡਿਫਰੈਂਟ ਹੈ ਵਿੱਚ ਤੋਂ ਦੇ ਪੈਰਾਸੀਟਾ ਮੋਲੀ ਆ ਭਾਵੇਂ ਟਾਇਰੀਨੋਲ ਕਹਿ ਲਓ ਪਾਲਜਨ ਕਹਿ ਲਓ ਅਲਟਰਾਜਨ ਕਹਿ ਲਓ ਨਲਜਨ ਕਹਿ ਲਓ ਐਸੀਟਾਮਾਈਨੋਫੈਨ ਕਹਿ ਲਓ ਨਾਮ ਅਲੱਗ-ਅਲੱਗ ਕੰਟਰੀ ਦੇ ਟ੍ਰੇਡ ਨੇਮ ਕੰਪਨੀਆਂ ਦੇ ਡਿਫਰੈਂਟ ਹੁੰਦੇ ਆ ਫਾਰਮੈਕੋਪੀਆ ਟੀਮ ਵਿੱਚ ਇਨਗਰੀਡੀਅੰਟ ਸੇਮ ਹੈ ਸਾਈਡ ਇਫੈਕਟ ਉਹੀ ਹੈ ਕੈਂਸਰ ਤੱਕ ਹੋ ਜਾਂਦਾ ਜੇ 200 ਮਿਲੀਗ੍ਰਾਮ ਦੀ ਬਰੂਫਨ ਤੁਸੀਂ ਸ਼ੁਰੂ ਕਰਦੇ ਹੋ ਇਹ ਕਦੀ ਨਹੀਂ ਸੋਚਿਆ ਕਿਉਂ ਨਾ ਲਵੋਂ ਓਂਪਰਾਜ਼ੋਲ ਤੁਹਾਨੂੰ ਦੇ ਰਿਹਾ ਕਿਉਂਕਿ ਹਰ ਦਵਾਈ ਦਰਦਾਂ ਦੀ ਐਸਿਡਿਟੀ ਕਰਦੀ ਤਜ਼ਾਬੀ ਮਾਦਾ ਬਣਾਉਂਦੀ ਔਰ ਮੇਦੇ 'ਚ ਤਜ਼ਾਬ ਜ਼ਿਆਦਾ ਬਣਦਾ ਮੇਦੇ ਦੀ ਲਾਈਨਿੰਗ ਖਰਾਬ ਹੁੰਦੀ ਹੈ ਗੈਸ ਪ੍ਰੋਬਲਮ ਹੁੰਦੀ ਹੈ ਔਰ ਉਹੀ ਗੈਸ ਕਈ ਵਾਰੀ ਉੱਪਰ ਚੜ ਕੇ ਤੁਹਾਡੇ ਹਾਰਟ ਪੇਨ ਤੁਹਾਨੂੰ ਲੱਗਦੀ ਹਾਰਟ ਦੀ ਜਦ ਕਿ ਉਹ ਮੇਦੇ ਦੀ ਦਰਦ ਹੁੰਦੀ ਹੈ ਔਰ ਉਹ ਵੀ ਖੱਬੇ ਬਨੇ ਮੇਦਾ ਵੀ ਸਟੋਮਕ ਵੀ ਲੈਫਟ ਸਾਈਡ ਤੇ ਪਿਆ ਹਾਰਟ ਵੀ ਲੈਫਟ ਸਾਈਡ ਤੇ ਪਿਆ ਐਕਚੁਅਲੀ ਉਹ ਵਾਤਜ ਵਿਆਦੀ ਹੈ ਮੇਦੇ ਦੀ ਦਰਦ ਹੈ ਗੈਸ ਦੀ ਦਰਦ ਹੈ ਮੇਦੇ ਦੀ ਸੋਜਿਸ਼ ਕਰਕੇ ਦਰਦ ਹੈ ਗੈਸਟ੍ਰਾਈਟਸ ਕਰਕੇ ਦਰਦ ਹੈ ਹਾਈਪਰ ਐਸਿਡਿਟੀ ਕਰਕੇ ਦਰਦ ਹੈ ਹਾਈਟਲ ਹਰਨੀਆਂ ਕਰਕੇ ਦਰਦ ਹੈ ਦਰਦ ਮੇਦੇ ਦੀ ਹੈ ਲਗਦਾ ਹੁੰਦਾ ਵੀ ਹਾਰਟ ਦੀ ਹੈ ਤੇ ਡਾਕਟਰ ਤੁਹਾਡੇ ਦੁਨੀਆ ਪਰ ਦੇ ਟੈਸਟ ਕਰਦੇ ਆ ਠੀਕ ਹੈ ਇਹ ਜਰੂਰ ਮੈਂ ਕਹਾਂ ਕਿ ਮਾਡਰਨ ਸਾਇੰਸ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਟੈਕਨੋਲੋਜੀ ਇੰਨੀ ਐਡਵਾਂਸ ਹੈ ਕਿ ਹਰ ਤਰ੍ਹਾਂ ਦੇ ਮਸ਼ੀਨਰੀ ਇਕਵਿਪਮੈਂਟ ਟੈਸਟ ਸਾਰੇ ਹੋ ਜਾਂਦੇ ਟੈਸਟ ਕਰਾਂ ਚ ਕੋਈ ਨੁਕਸਾਨ ਨਹੀਂ ਫਾਇਦਾ ਹੀ ਹੈ ਪਰ ਹਸੀ ਹਮੇਸ਼ਾ ਹੀ ਕਹੇਗਾ ਕਿ ਜਿੰਨਾ ਕ ਅਵੋਇਡ ਕੀਤਾ ਜਾਵੇ ਜੜੀਆਂ ਅਲਟਰਾਵਾਇਲਟ ਰੇਜ਼ ਹੈ ਅਲਟਰਾਵਾਇਲਟ ਰੇਜ਼ ਲੈਣੀਆਂ ਤੇ ਸਿਰਫ ਜਿਹੜਾ ਸਟਾਰਟ ਤੇ ਮੈਂ ਦੱਸਿਆ ਸੂਰਜ ਦੀਆਂ ਨੇਚਰਲ ਜੜੀਆਂ ਵਿਟਾਮਿਨ ਡੀ ਬਾਕੀ ਭਾਵੇਂ microwaves ਦੀਆਂ ਦਰਦ ਹੈ ਭਾਵੇਂ ਐਕਸ ਰੇਜ਼ ਦੀ ਦਰਦ ਹੈ ਭਾਵੇਂ ਐਮ ਆਰ ਆਈ ਦੀਆਂ ਮੈਗਨੇਟਿਕ ਅਲਟਰਾਵਾਇਡ ਮੇਰਾ ਮਤਲਬ ਮੈਗਨੇਟਿਕ ਰੇਜ਼ ਜਿਹੜੀਆਂ ਇਹ ਸਰੀਰ ਲਈ ਠੀਕ ਨਹੀਂ ਹੁੰਦੀ ਬਹੁਤੇ ਐਕਸ ਰੇ ਕਰਾਣੇ ਠੀਕ ਨਹੀਂ ਬਲਕਿ ਤੁਸੀਂ microwaves ਦੇ ਅੱਗੇ ਵੀ ਬਹੁਤਾ ਜ਼ਿਆਦਾ ਨਿਕੜਾ ਹੋਣਾ ਚਾਹੀਦਾ ਬੰਦਾ ਪਰਵਾਹ ਨਹੀਂ ਕਰਦਾ ਕਿਉਂਕਿ ਇਹ ਜਿਹੜੀਆਂ ਮੈਗਨੇਟਿਕ ਰੇਜ਼ ਹੈ ਬਾਡੀ ਨੂੰ ਖਰਾਬ ਕਰਦੀਆਂ ਨੈਚੁਰਲ ਬਾਡੀ ਨੈਚੁਰਲੀ ਹੁੰਦੀ ਹੈ ਇਸ ਕਰਕੇ ਦਰਦਾਂ ਤੋਂ ਬਚਣ ਦੇ ਲਈ ਦਰਦਾਂ ਦੀ ਦਵਾਈ ਖਾਣ ਨਾਲੋਂ ਕੱਲੀ ਹਲਦੀ ਖਾ ਲੋ ਭਾਵੇਂ ਭਾਵੇਂ ਦੁੱਧ ਚ ਪਾ ਕੇ ਹਲਦੀ ਪੀ ਲਓ ਮੇਰੇ ਕੋਲੋਂ ਤੁਹਾਨੂੰ ਇੰਨੇ ਫਾਰਮੂਲੇ ਦੇਖੋ ਅੱਛਾ ਹਲਦੀ ਦੇ ਕਈ ਵਾਰੀ ਕੈਪਸੂਲ ਤੁਹਾਨੂੰ ਸਾਰੇ ਪੀਲੇ ਤਰ੍ਹਾਂ ਦੇ ਲੱਗਣਗੇ ਔਰ ਮੇਰੇ ਕੋ ਘੱਟ ਤੋਂ ਘੱਟ 20 ਤਰ੍ਹਾਂ ਦੇ ਕੈਪਸੂਲ ਹੋਣੇ ਜੇ ਹਲਦੀ ਹਰ ਇੱਕ ਚ ਹੋਏਗੀ ਜੇ ਉਹ ਪੀਲੇ ਰੰਗ ਦੇ ਪਰ ਨਾਲ ਹੋਰ ਇਨਗਰੀਡੀਅੰਟਸ ਹੁੰਦੇ ਉੱਥੇ ਸਾਡਾ ਰੋਲ ਹੈ ਉੱਥੇ ਕੁਆਲੀਫਿਕੇਸ਼ਨ ਦਾ ਰੋਲ ਹੈ ਉੱਥੇ ਦੇਖਣਾ ਕਿਹੜੀ ਬਿਮਾਰੀ ਲਈ ਕਿਹੜੀ ਨਾਲ ਦੇਈਦਾ ਕਿਉਂਕਿ ਕਈ ਵਾਰੀ ਖਲਦੀ ਕੋਈ ਇੱਕ ਕੰਮ ਨਹੀਂ ਕਰਦੀ ਸਕਿਨ ਲਈ ਵੀ ਠੀਕ ਹੈ ਸਟੋਮੈਕ ਲਈ ਵੀ ਠੀਕ ਹੈ ਡਾਈਜੈਸਟਿਵ ਸਿਸਟਮ ਲਈ ਠੀਕ ਹੈ ਦਰਦਾਂ ਲਈ ਵੀ ਠੀਕ ਹੈ ਉਹਦੇ ਵਿੱਚ ਭਾਵੇਂ ਜਿੰਜਰ ਟਰਮੈਰਿਕ ਹੈ ਬਹੁਤ ਸੇ ਵੇਲੇ ਕਰਕਿਊਮਿਨ ਹੈ ਔਰ ਫਿਰ ਨਾਲ ਕਈ ਵਾਰੀ ਵਿੱਚ ਅਸ਼ਵਗੰਧਾ ਵੀ ਹੁੰਦੀ ਅਸੀਂ ਦੱਸਿਆ ਨਾ ਹਰ ਫਾਰਮੂਲੇ ਦੇ ਵਿੱਚ ਅਸੀਂ ਦੇਖਣਾ ਵੀ ਤੁਹਾਡਾ ਕਿੱਥੇ ਫਾਇਦਾ ਹੋ ਰਿਹਾ ਸੋ ਪਿਆਰੇ ਦਰਸ਼ਕੋ ਦਰਦਾਂ ਦੇ ਲਈ ਪੇਨ ਰਿਲੀਵਰ ਪੇਨ ਮੈਡੀਕੇਸ਼ਨ ਬਹੁਤੇ ਲੰਬ ਕਈ ਐਪੀਸੋਡਸ ਤੁਸੀਂ ਮੈਨੂੰ ਇਹ ਵੀ ਸੁਣਿਆ ਮੈਂ ਦੱਸਿਆ ਵੀ ਜਿਦਾ ਐਂਟੀਬਾਇਓਟਿਕਸ ਤੋਂ ਬਿਨਾ ਗੁਜ਼ਾਰਾ ਨਹੀਂ ਜਾਂ ਮੈਂ ਦੱਸਿਆ ਵੀ ਦਰਦਾਂ ਦੀ ਦਵਾਈਆਂ ਤੋਂ ਬਿਨਾ ਗੁਜ਼ਾਰਾ ਨਹੀਂ ਉਹਦਾ ਮਤਲਬ ਹੈ ਕਿ ਐਮਰਜੈਂਸੀ ਲਈ ਖਾਣੀ ਪੈਣੀ ਹੈ ਉਸ ਵੇਲੇ ਜ਼ਰੂਰ ਖਾਓ ਥੋੜੇ ਦਿਨ ਖਾਓ ਲੇਕਿਨ ਇਹ ਨਹੀਂ ਕਿ ਜੇ ਦਰਦਾਂ ਆਰਥਰਾਇਟਿਸ ਹੈ ਜਾਂ ਸਟੋਮਕ ਪੇਨ ਹੈ ਜਾਂ ਕਿਡਨੀ ਪੇਨ ਹੈ ਜਾਂ ਪੈਂਡੀਸਾਈਟਸ ਦਾ ਮਿੱਧਾ ਦਰਦ ਹੈ ਜਾਂ ਜੋੜਾਂ ਦੀ ਦਰਦ ਹੈ ਤੇ ਬਈ ਇੱਕ ਵਾਰੀ ਦਵਾਈ ਸ਼ੁਰੂ ਕਰ ਲਈ ਤੇ ਸਾਰੀ ਉਮਰ ਖਾਈ ਜਾਣੀ ਉਹੋ ਹੀ ਬਰੂਫ ਨੇ ਪਹਿਲਾਂ 200 ਮਿਲੀਗ੍ਰਾਮ ਦੇ ਅਸਰ ਕਰਦੀ ਹੈ ਫਿਰ ਇੱਕ ਵਾਰੀ ਦੇ ਬਜਾਇ ਦੋ ਵਾਰੀ ਕੋਈ ਅਸਰ ਨਹੀਂ ਫਿਰ 400 ਮਿਲੀਗ੍ਰਾਮ ਦੀ ਫਿਰ 600 ਮਿਲੀਗ੍ਰਾਮ ਦੀ ਮੈਂ ਉਹਨਾਂ ਲੇਡੀਜ਼ ਦੀ ਟ੍ਰੀਟਮੈਂਟ ਕਰ ਰਿਆ 8 800 ਮਿਲੀਗ੍ਰਾਮ ਦੀ ਬਰੂਫੇਨ ਦੀ ਗੋਲੀ ਦਿਨ ਚ ਤਿੰਨ ਵਾਰੀ ਖਾਂਦੇ ਨੇ 20 20 ਸਾਲ ਲੰਘੇ ਔਰ ਜਦੋਂ ਅਸੀਂ ਦਵਾਈ ਸ਼ੁਰੂ ਕੀਤੀ ਆਰਥਰਾਇਟਸ ਦੀ ਕੋਈ ਲੋਡ ਨਹੀਂ ਪੈਣ ਦਿੱਤੀ ਦਸ ਦਵਾਈ ਅੰਗਰੇਜ਼ੀ ਖਾਣ ਦੀ ਦਰਦਾਂ ਦੀ ਦਵਾਈ ਕੋਈ ਲੋਡ ਨਹੀਂ ਮੈਂ ਕਿਹਾ ਤੁਸੀਂ ਰੋਫੀਕੋਪਸਿਵ ਖਾਓ ਨਿਮਸਲਾਈਡ ਕਾਓ ਡਿਕਲੋਫੈਨ ਸੋਡੀਅਮ ਨਹੀਂ ਜਿੰਨੀਆਂ ਪੇਨ ਰਿਲੀਵਰ ਦਵਾਈਆਂ ਨੇ ਉਨ੍ਹਾਂ ਦੇ ਨਾਲ ਸੀਰੀਅਸ ਪ੍ਰੋਬਲਮਸ ਹੋ ਜਾਂਦੀਆਂ ਜੱਥੇ ਤੱਕ ਮੈਂ ਸਾਫ਼ ਦੱਸਿਆ ਸੀ ਕਿ ਕੈਂਸਰ ਤੱਕ ਹੋ ਜਾਂਦਾ ਜੀ ਟਾਇਲਨੋਲ ਤੱਕ ਮੈਂ ਦੱਸਦਿਆਂ ਕੈਂਸਰ ਕਰਦੀ ਜੇ ਬਰੂਫੈਨ ਵੀ ਕਰਦੀ ਜੇ ਔਰ ਜਿੰਨੀਆਂ ਦਰਦਾਂ ਦੀਆਂ ਦਵਾਈਆਂ ਤੁਸੀਂ ਖਾਓਗੇ ਉਨਾਂ ਹੀ ਤੁਸੀਂ ਆਪਣੇ ਸਰੀਰ ਦਾ ਸਤਿਆਨਾਸ਼ ਕਰ ਰਹੇ ਹੁੰਦੇ ਹੋ ਕਾਰਨ ਕੀ ਹੈ ਕਿ ਭੋਲੇਪਾ ਹਰ ਇਨਸਾਨ ਨੂੰ ਖਾਣੀ ਪੈਂਦੀ ਕੋਈ ਹੋਵੇ ਮੈਂ ਵੀ ਹਾਂ ਮਜਬੂਰਨ ਇੱਕ ਦਿਵਾਰੀ ਜ਼ਰੂਰ ਖਾਓ ਟੈਂਪਰੇਰੀ ਕਾਰਨ ਇਹ ਹੈ ਕਿ ਇਹ ਦਰਦ ਨੂੰ ਠੀਕ ਕਰਦੇ ਕਿਉਂਕਿ ਇਹਨਾਂ ਦਾ ਕੰਮ ਹੈ ਕਿ ਨਿਊਰੋਲੋਜੀਕਲ ਸਿੰਪਟੋਮੈਟਿਕ ਟ੍ਰੀਟਮੈਂਟ ਬਟ ਨਾਟ ਟੂ ਦਾ ਰੂਟ ਕਾਜ਼ ਆਫ ਡਿਜ਼ੀਜ਼ ਜਿਹੜੇ ਆਪਣੇ ਕੋ ਅੱਧੇ ਤੇ ਦਰਦਾਂ ਦੇ ਨੁਸਖੇ ਤੁਹਾਡੇ ਰਸੋਈ 'ਚ ਪਏ ਅਦਰਕ ਵੀ ਲਸਣ ਵੀ ਹਿੰਗ ਵੀ ਹਲਦੀ ਵੀ ਇਹ ਜਿਹੜੇ ਨੁਸਖੇ ਆ ਕਿਉਂ ਸਾਡੇ ਪੁਰਾਣੇ ਜ਼ਮਾਨੇ ਹਕੀਮਾਂ ਦੇ ਨੁਸਖੇ ਉਹਦੇ ਨਾਲ ਦੀ ਰੀਸ ਨਹੀਂ ਮੇਰੇ ਪਿੱਛੇ ਤੁਹਾਨੂੰ ਹਜੇ ਤੱਕ ਪਿਕਚਰ 'ਚ ਨਜ਼ਰ ਆ ਰਹੀ ਹੋਗੇ ਫਾਦਰ ਦੀ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਐਸੇ ਦੇ ਸਵਰਗਾਂ 'ਚ ਨੇ ਭਾਵੇਂ ਉਹਨਾਂ ਦਾ ਅਸ਼ੀਰਵਾਦ ਆ ਕਿ ਮੈਂ ਤੁਹਾਡੀ ਸੇਵਾ ਕਰ ਰਿਹਾ ਪਰ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਪਰ ਜਿੰਨੀ ਕੁ ਮੇਰੀ ਨੌਲੇਜ ਹੈ ਜਿੰਨੀ ਮੇਰੀ ਪੜ੍ਹਾਈ ਤੁਹਾਡੇ ਕੰਮਾਂ ਦੀ ਤੁਹਾਡਾ ਮੈਨੂੰ ਪਿਆਰ ਮਿਲਦਾ ਸਤਿਕਾਰ ਮਿਲਦਾ ਤੁਹਾਡੀ ਘਰ ਬੈਠੇ ਜਿੰਨੀ ਕੁ ਮੇਰੀ ਬਾਕੀ ਦੀ ਉਮਰ ਸੇਵਾ ਕਰ ਸਕਦਾ ਮੈਂ ਕਰਾਂਗਾ ਔਰ ਜਿੱਥੋਂ ਤੱਕ ਮੈਂ ਕਰ ਸਕਦਾ ਕਰਾਂਗਾ ਸੁਦਰਦਾਂ ਭਾਵੇਂ ਪਿਆਰੇ ਦਰਸ਼ਕੋ ਰਿਉਮਟਾਇਡ ਆਰਥਰਾਇਟਸ ਹੈ ਆਸਟਿਓ ਆਰਥਰਾਇਟਸ ਹੈ ਆਸਟਿਓਮੈਲਾਈਟਸ ਹੈ ਆਸਟਿਓਪੀਨੀਆ ਗਾਉਟੀ ਆਰਥਰਾਇਟਸ ਹੈ ਹੱਡੀਆਂ ਕਮਜ਼ੋਰ ਹੋ ਗਈਆਂ ਹੱਡੀਆਂ ਖੁਰ ਗਈਆਂ ਕਾਰਟਿਲੇਜ ਕੱਟ ਗਿਆ ਤੇ ਦੇਸੀ ਨੁਸਖੇ ਕੁਝ ਬੜੇ ਕਰੇਲੂ ਨੁਸਖੇ ਕੰਮ ਆਉਂਦੇ ਕੁਝ ਸਾਡੇ ਕੋਲ ਮਾਲਸ਼ ਲਈ ਤੇਲ ਕਰੀਮਾਂ ਐਸੇ ਆ ਇਹਨੂੰ ਆਪਣੀ ਖੁਰਾਕ ਸਮਝ ਕੇ ਖਾਓ ਠੀਕ ਹੈ ਅਸੀਂ ਵੀ ਦੇਖੋ ਦਵਾਈਆਂ ਬਣਾਉਂਦੇ ਆ ਬਾਈ ਕਰਦੇ ਆ ਮੇਰੇ ਕੋ ਤੁਹਾਨੂੰ ਦੇਖੋ ਇੰਡੀਆ ਦੀ ਆਯੁਰਵੈਦਿਕ ਦਵਾਈ ਹਰ ਤਰ੍ਹਾਂ ਦੀ ਮਿਲਦੀ ਐ ਅਮਰੀਕਾ ਦੀ ਵੀ ਔਰ ਨੈਚੁਰਲ ਦਵਾਈ ਵੀ ਮਿਲਦੀ ਐ ਇਹਦੇ ਨੈਚੁਰਲ ਦਾ ਮਤਲਬ ਕਈ ਵਾਰੀ ਹੁੰਦੀ ਐ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਉਹਦਾ ਇਹ ਨਹੀਂ ਹੁੰਦਾ ਕਿ ਦੀਜ਼ ਆਰ ਆਲਸੋ ਨੇਚਰਲ ਇਨਗਰੀਡੀਐਂਟਸ ਆਫ ਦਾ ਇਹ ਵੀ ਜੜੀਆਂ ਬੂਟੀਆਂ ਤੋਂ ਬਣਾਈ ਹੁੰਦੇ ਐ ਐਕਸਟ੍ਰੈਕਟਸ ਹੁੰਦੇ ਆ ਐਕਸਟ੍ਰੈਕਟਸ ਦੇ ਵਿੱਚ ਹੁੰਦਾ ਨਾ ਕਿ ਕਈ ਪੱਤਿਆਂ ਤੋਂ ਕੋਈ ਜੜ ਤੋਂ ਹੈ ਕੋਈ ਸਟੈਮ ਤੋਂ ਪਲਾਂਟ ਤੋਂ ਉੱਥੇ ਦੇਖਣਾ ਹੁੰਦਾ ਵੀ ਅਸੀਂ ਕਿਹੜਾ ਫਾਰਮੂਲਾ ਤੁਹਾਡੇ ਲਈ ਠੀਕ ਆ ਇਹ ਆ ਵੀ ਅਮਰੀਕਾ ਦੀ ਨੈਚਰਲ ਦਵਾਈਆਂ ਦੇ ਨਾਮ ਡਿਫਰੈਂਟ ਨੇ ਹੈ ਦੇਸੀ ਉਹ ਹੀ ਆਯੁਰਵੈਦਿਕ ਨੇ ਸਾਡੇ ਉਹ ਹੀ ਜੋ ਫਲਾਂ ਫਰੂਟਾਂ ਦੇ ਇੰਡੀਅਨ ਨਾਮ ਨੇ ਉਹ ਇਹਨਾਂ ਦੇ ਨਾਮ ਡਿਫਰੈਂਟ ਨੇ ਸੋ ਪਹਿਲੇ ਦਰਸ਼ਕੋ ਕੋਈ ਚਿੰਤਾ ਦੀ ਲੋੜ ਨਹੀਂ ਕੋਈ ਫਿਕਰ ਦੀ ਲੋੜ ਨਹੀਂ ਭਾਵੇਂ ਬਿਮਾਰੀ ਚਿੰਤਾ ਚਿਖਾ ਬਰਾਬਰ ਕਿਸੇ ਬਿਮਾਰੀ ਤੋਂ ਬਚਣਾ ਹੈ ਆਯੁਰਵੈਦਿਕ ਦਵਾਈ ਖਾਓ ਨੇਚਰਲ ਦਵਾਈ ਖਾਓ ਐਕਸਰਸਾਈਜ਼ ਕਰੋ ਨਸ਼ਿਆਂ ਤੋਂ ਬਚੋ ਮੈਡੀਟੇਸ਼ਨ ਕਰ ਲਓ ਅਧੀਆਂ ਬਿਮਾਰੀਆਂ ਤੁਸੀਂ ਆਪਣੇ ਆਪ ਠੀਕ ਕਰ ਸਕਦੇ ਹੋ ਠੀਕ ਹੈ ਜਿਆਦਾ ਦਵਾਈ ਮੇਰੀ ਦਰਦਾਂ ਦੀ ਆਰਥਰਾਇਟਿਸ ਦੀ ਜਾਂਦੀ ਹੈ 슈ਗਰ ਦੀ ਜਿਆਦਾ ਜਾਂਦੀ ਹੈ ਮਰਦਾਨਾ ਕਮਜ਼ੋਰੀ ਦੀ ਜਿਆਦਾ ਦਵਾਈ ਜਾਂਦੀ ਹੈ ਔਰ ਫਿਰ ਰਿਜ਼ਲਟ ਤੁਹਾਨੂੰ ਕਿੰਨੀ ਜਲਦੀ ਮਿਲਦਾ ਜੇ ਆਰਥਰਾਇਟਿਸ ਪੁਰਾਣੀ ਹੈ 2 4 6 ਮਹੀਨੇ ਦਵਾਈ ਖਾਓ ਨ ਦਵਾਈ ਸਮਝ ਕੇ ਨਾ ਖਾਓ ਖੁਰਾਕ ਸਮਝ ਕੇ ਖਾਓ ਉਮਰ ਦੇ हिसाब ਨਾਲ ਵੀ ਫਰਕ ਪੈਣਾ ਹੌਲੀ ਹੌਲੀ ਦੇਖੋ ਸਭ ਦੀਆਂ ਹੱਡੀਆਂ ਕਮਜ਼ੋਰ ਹੋਣੀਆਂ ਹੀ ਆ ਉਮਰ ਦੇ ਹਿਸਾਬ ਨਾਲ ਜੋੜ ਵੀ ਕਮਜ਼ੋਰ ਹੁੰਦੇ ਆ ਜੇ ਆਰਥਰਾਈਟਸ ਦਾ ਸਭ ਤੋਂ ਵੱਡਾ ਕਾਰਨ ਤੇ ਇਹ ਹੀ ਆ ਕਿ ਕਈਆਂ ਦਾ weight ਔਰ ਮੇਰੇ ਇਨ ਐਪੀਸੋਡ ਚ ਤੁਸੀਂ ਨੋਟ ਕੀਤਾ ਉਹਨਾਂ ਮੈਂ ਦੱਸਿਆ ਕਿ ਮੋਟਾਪਾ ਸੋ ਬਿਮਾਰੀ ਦੀ ਜੜਾ ਜਿੱਦਾਂ ਪਕਈ ਐਪੀਸੋਡਸ ਕਿਹਾ ਕਿ ਸਟ੍ਰੈਸ ਐਂਗਜ਼ਾਈਟੀ ਡਿਪਰੈਸ਼ਨ ਇਜ਼ ਏ ਹੋਮ ਆਫ ਡਿਜ਼ੀਜ਼ ਮੋਟਾਪਾ ਵੀ ਸੋ ਬਿਮਾਰੀ ਦੀ ਜੜ ਜੇ ਜੇ ਤੁਸੀਂ weight ਘਟਾ ਲਓ ਤੇ 50% ਆਰਥਰਾਇਟਿਸ ਆ ਵੈਸੇ ਠੀਕ ਹੋ ਜਾਂਦੀ ਹੈ ਕਈ ਵਾਰੀ ਜਦੋਂ ਤੁਸੀਂ ਮੈਨੂੰ ਦੱਸਦੇ ਹੋ ਗੰਠੀ ਆ ਜੀ ਦਰਦਾਂ ਜੀ ਆਰਥਰਾਇਟਿਸ ਆ ਜੀ ਜੋੜਾਂ ਦੀ ਪ੍ਰੋਬਲਮ ਹੈ ਜੀ ਨੀ ਪ੍ਰੋਬਲਮ ਹੈ ਜੀ ਤੁਰਿਆ ਨਹੀਂ ਜਾਂਦਾ ਜੀ ਔਰ ਮੈਂ ਤੁਹਾਨੂੰ ਪੁੱਛਣਾ ਵੇਟ ਤੇ ਕਈ ਵਾਰੀ ਮੈਂ ਐਡਵਾਈਸ ਕਰਨਾ ਵੇਟ ਹੀ ਘਟਾ ਲਿਆ ਜਾਵੇ ਹਾਲਾਂਕਿ ਕੋਈ ਐਡਾ ਸੌਖਾ ਕੋਈ ਕੰਮ ਨਹੀਂ ਹੁੰਦਾ ਪਰ ਸਾਡਾ ਵੇਟ ਘਟਾਉਣ ਦਾ ਫਾਰਮੂਲਾ ਕਈ ਵਾਰੀ ਦੇਖਿਆ ਮੈਂ 5 5 10 10 ਪੌਂਡ ਆਮ ਘਟ ਜਾਂਦਾ ਜੇ ਜੇ ਮੈਂ ਜਿੱਦਾਂ ਦੱਸਾਂ ਵੇਟ ਘਟਾਉਣ ਦਾ ਤਰੀਕਾ ਤੇ 20 20 25 25 ਪੌਂਡ ਜਿੰਨਾ 2 2 2.5 2.5 ਪੌਂਡ ਨੇ ਅਸੀਂ 1.5 1.50 ਤੱਕ ਵੀ ਤੁਸੀਂ ਜਿਆਦਾ ਰੋਲ ਆਪ ਕਰਨਾ ਪੈਸੇ ਤੁਸੀਂ ਜ਼ਰੂਰ ਖਰਚਨੇ ਦਵਾਈ ਤੇ ਪਰ ਤੁਸੀਂ ਖੁਰਾਕ ਜੋ ਮੈਂ ਦਸਾਂ ਉਹ ਖਾਓ ਔਰ ਫਿਰ ਰਿਜ਼ਲਟ ਦੇਖੋ ਸੋ ਪਿਆਰੇ ਦਰਸ਼ਕੋ ਦਰਦਾਂ ਤੋਂ ਬਚਣ ਦਾ ਇੱਕ ਤਰੀਕਾ ਇਹ ਵੀ ਹੈ ਵੀ ਵੇਟ ਘਟਾਓ ਕਈ ਵਾਰੀ ਐਕਸਰਸਾਈਜ਼ ਜਿਹੜੀ ਗਲਤ ਵੀ ਨਾ ਕੀਤੀ ਜਾਵੇ ਤਾਂ ਫਿਰ ਲੋਕੇ ਫਿਜ਼ੀਓਥੈਰੇਪੀ ਕਿਉਂ ਡਵਾਈਸ ਕਰਦੇ ਆ ਕਿਉਂਕਿ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਹੀ ਤੁਹਾਨੂੰ ਸਹੀ ਐਕਸਰਸਾਈਜ਼ ਕਰਾ ਸਕਦੇ ਆ ਗਲਤ ਐਕਸਰਸਾਈਜ਼ ਨਾਲ ਵੀ ਕਈ ਵਾਰੀ ਦਰਦ ਵਧ ਸਕਦੀ ਆ ਆਸਣ ਹੁੰਦੇ ਕਈ ਤਰ੍ਹਾਂ ਦੇ ਸ਼ੀਆਟਿਕਾ ਪ੍ਰੋਬਲਮ ਆ ਕਈਆਂ ਨੂੰ ਵਿਚਾਰੇ ਸ਼ੀਆਟਿਕਾ ਕਈ ਸਰਜਰੀ ਕਰਾਉਂਦੇ ਆ ਫਿਰ ਦੇਖੋ ਜੀ ਐਮ ਆਰ ਆਈ ਕਰਾਈ L4 L5 ਦੇ ਵਿੱਚ ਲੰਬਰ ਡਿਸਕ ਪ੍ਰੋਬਲਮ ਆ ਗਈ ਡਿਸਕਰਨੀਏਸ਼ਨ ਆ ਗਈ ਸਪਾਇਨਲ ਡਿਸਕ ਦੀ ਪ੍ਰੋਬਲਮ ਆ ਗਈ ਆਰਥਰਾਈਟਸ ਦੀ ਪ੍ਰੋਬਲਮ ਕਿਉਂਕਿ ਟਾਪਿਕ ਜਿਹੜਾ ਦਰਦ ਨਾਲ ਫੜਿਆ ਸੀ ਔਰ ਮੈਂ ਦੱਸਿਆ ਸੀ ਜੋ ਮੇਰੇ ਦਿਮਾਗ 'ਚ ਆਇਆ ਜਿਸ ਟਾਪਿਕ ਜਿਸ ਸਰੀਰ ਦੇ ਅੰਗ ਦੇ ਵਿੱਚ ਮੇਰੇ ਦਿਮਾਗ ਦੇ ਗਿੱਟਿਆਂ 'ਚ ਦਰਦ ਹੈ ਕਈਆਂ ਦੇ ਔਰ ਪੈਰ ਟਡੇ ਹੋ ਜਾਂਦੇ ਕਈ ਉਹਨਾਂ ਸਕੋਲੀਓਸਿਸ ਜਿਹਨੂੰ ਕੁੱਬ ਪੈ ਜਾਂਦਾ ਇਹ ਸਾਰੀ ਪ੍ਰੋਬਲਮ ਹੈ ਕਿ ਸਪਾਇਨਲ ਕਾਰਡ ਔਰ ਵਰਟੀਬਰਲ ਕਾਲਮਨ ਦੀ ਰੀਡ ਦੀ ਹੱਡੀ ਦੀ ਮਨਕੇ ਹੀ ਆ ਮਨਕਾ ਆਪਣੇ ਡਿਸਪਲੇਸਮੈਂਟ ਛੱਡ ਜਾਂਦਾ ਹਰਨੀਏਟਡ ਡਿਸਕ ਹੋਵੇ ਇਹ ਵੀ ਮ사ਜ ਨਾਲ ਐਕਸਰਸਾਈਜ਼ ਨਾਲ ਯੋਗਾ ਨਾਲ ਥੈਰੇਪੀ ਨਾਲ ਠੀਕ ਹੋ ਜਾਂਦੀ ਜੇ ਔਰ ਆਯੁਰਵੈਦਿਕ ਨਾਲ ਹਰ ਆਯੁਰਵੈਦਿਕ ਸੈਂਟਰ ਚ ਫਾਰਮੂਲੇ ਟੌਪ ਟੌਪ ਦੇ ਤੁਹਾਨੂੰ ਮਿਲ ਸਕਦੇ ਆ ਜਿਹੜਾ ਵੀ ਕੁਆਲੀਫਾਈਡ ਡਾਕਟਰ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਦੁਨੀਆ ਚ ਉਹਦੇ ਕੋਈ ਦਵਾਈ ਲਓ ਨਹੀਂ ਤਾਂ ਡਾਕਟਰ ਕੁਮਾਰ ਇਸ ਵਨ ਫੋਨ ਕਰ ਲਵੇ ਮੈਂ ਹਰ ਵੇਲੇ ਤੁਹਾਡਾ ਫੋਨ ਅਟੈਂਡ ਕਰਦਾ ਜਦੋਂ ਵੀ ਹੋ ਸਕਦਾ ਕਿਸੇ ਵੇਲੇ ਮੇਰਾ ਤੁਹਾਨੂੰ ਫੋਨ ਨਹੀਂ ਮਿਲਦਾ ਤੇ ਮੈਸੇਜ ਜਰੂਰ ਛੱਡਿਆ ਕਰੋ ਜਿਹੜਾ ਨੰਬਰ 7182165137 ਉਸ ਸੈਲੂਲਰ ਤੇ ਮੈਸੇਜ ਛੱਡੋ ਔਰ ਕੋਸ਼ਿਸ਼ ਕਰੋ ਕਿ ਸ਼ਾਰਟ ਮੈਸੇਜ ਵਿੱਚ ਆਪਣਾ ਫੋਨ ਨੰਬਰ ਤੇ ਆਪਣੀ ਬਿਮਾਰੀ ਮੇਰਾ ਜਦੋਂ ਟਾਈਮ ਲਿਖਾ ਮੈਂ ਤੁਹਾਨੂੰ ਕਾਲ ਬੈਕ ਕਰ ਲੈਣੀ ਹੈ ਸੋ ਪਿਆਰੇ ਦਰਸ਼ਕੋ ਇਹ ਤੋਂ ਇਲਾਵਾ ਤੁਸੀਂ ਸਿਰਫ ਇੱਕੋ ਇੱਕ ਕੰਮ ਕਰਨਾ ਹੈ ਵੀ ਕਾਲ ਕਰਨੀ ਤੇ ਮੈਸੇਜ ਛੱਡਣਾ ਮੇਰਾ ਕੰਮ ਹੈ ਕਿ ਤੁਹਾਨੂੰ ਦਵਾਈ ਪਹਚਾਣੀ ਬਿਮਾਰੀ ਭਾਵੇਂ 슈ਗਰ ਦੀ ਹੈ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਮੋਟਾਪੇ ਦੀ ਦਰਦਾਂ ਦੀ ਐਂਗਜ਼ਾਈਟੀ ਦੀ ਡਿਪਰੈਸ਼ਨ ਦੀ ਕਬਜ਼ ਦੀ ਪੇਟ ਦੀ ਬਿਮਾਰੀ ਜਾਂ ਪੇਟ ਦੀਆਂ ਦਰਦਾਂ ਸਿਰ ਤੋਂ ਲੈ ਕੇ ਪੈਰ ਤੱਕ ਸਰੀਰ ਦੀ ਕਿਸੇ ਕਿਸਮ ਦੀ ਦਰਦ ਹੋਵੇ ਦੇਸੀ ਦਵਾਈ ਆਯੁਰਵੈਦਿਕ ਦਵਾਈ ਨੈਚੁਰਲ ਦਵਾਈ ਖੁਰਾਕ ਤੁਹਾਡੀ ਇਲਾਜ ਸਾਡਾ ਸ਼ਰਤੀਆ ਇਲਾਜ ਬਵਾਸੀਰ ਸ਼ਰਤੀਆ ਇਲਾਜ ਲੇਕਿਨ ਆਵੇਂ ਟਾਈਮ ਕਿੰਨਾ ਕਈ ਬਵਾਸੀਰ ਦੇ ਪੇਸ਼ੈਂਟ ਮੇਰੇ ਇੱਕੋ ਮਹੀਨੇ ਦੀ ਦਵਾਈ ਨਾਲ ਠੀਕ ਹੋ ਗਏ ਕਬਜ਼ ਉਸ ਬਿਮਾਰੀ ਦੀ ਜੜ੍ਹ ਦੇ ਮੇਰਾ ਖਿਆਲ ਹੈ ਫੇਰ ਮੈਨੂੰ ਇਸ਼ਾਰਾ ਮਿਲ ਰਿਹਾ ਕਿ ਟਾਈਮ ਥੋੜਾ ਰਹਿ ਗਿਆ ਜਾਂਦੀ ਵਾਰੀ ਤੁਹਾਨੂੰ ਯਾਦ ਕਰਾ ਦਾਂ ਕਿ ਫੋਨ ਕਰਨਾ ਤੁਸੀਂ ਮੈਸੇਜ ਛੜਨਾ ਤੁਸੀਂ ਔਰ ਥੈਂਕ ਯੂ ਕਰਨਾ ਮੈਂ ਮੇਰਾ ਫਰਜ਼ ਹੈ ਤੁਹਾਡਾ ਥੈਂਕ ਯੂ ਕਰਨਾ ਟਾਈਮ ਜ਼ਿਆਦਾ ਨਹੀਂ ਦੇ ਰਿਹਾ ਤੁਹਾਡੇ ਸਾਰੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ